ਸਤਿ ਸ਼੍ਰੀ ਅਕਾਲ ਜੀ ਮੈਂ ਖੁਸ਼ਬੂ ਨੰਦਾ ਡਾਇਰੈਕਟਰ ਲੀਡਰ ਨੈਨੀ ਸਰਵਿਸਿਸ ਆਈ ਹੋਪ ਤੁਸੀਂ ਸਭ ਠੀਕ ਠਾਕ ਹੋਵੋਗੇ ਸੋ ਇਹ ਨਿਰਮਲ ਸਟੂਡੈਂਟ ਨੇ ਸਾਡੇ ਸਟੂਡੈਂਟ ਕਮ ਬਹੁਤ ਵਧੀਆ ਸਿਸਟਰ ਨੇ ਮੇਰੇ ਹਨਾ ਸੋ ਇਸ ਫੀਲਡ ਦੇ ਅਕੋਰਡਿੰਗ ਮੈਨੂੰ ਬਹੁਤ ਸਾਰੇ ਰਿਲੇਟਿਵ ਮਿਲੇ ਬਹੁਤ ਸਾਰੀਆਂ ਖੁਸ਼ੀਆਂ ਮਿਲੀਆਂ ਮੈਂ ਬਹੁਤ ਖੁਸ਼ ਰਹਿੰਦੀ ਹਾਂ ਇਸ ਚੀਜ਼ ਨੂੰ ਲੈ ਕੇ ਕਿ ਸਾਰੇ ਕਲਾਇੰਟ ਮੈਨੂੰ ਆਪਣਾ ਸਮਝਦੇ ਆ ਅਤੇ ਬਹੁਤ ਵਧੀਆ ਲੱਗਦਾ ਸੋ ਅੱਜ ਮੈਂ ਨਿਰਮਲ ਮੈਮ ਨੂੰ ਛੋਟਾ ਜਿਹਾ ਫੀਡਬੈਕ ਵਾਸਤੇ ਬੁਲਾਇਆ ਸੀ ਤੇ ਫੀਡਬੈਕ ਹੀ ਪੁੱਛਣਾ ਚਾਹੁੰਦੇ ਹਾਂ ਤੇ ਤੁਹਾਨੂੰ ਡਾਕੂਮੈਂਟਸ ਤੁਹਾਡੇ ਚੈੱਕ ਕਰਨੇ ਸੀ ਕੀ ਲੱਗਦਾ ਵੀਜ਼ਾ ਆ ਜਾਊਗਾ ਪ੍ਰੋਸੈਸ ਤੁਹਾਡੇ ਤੇ ਜਿੰਨੀ ਮਿਹਨਤ ਕਰਕੇ ਤੁਸੀਂ ਸਾਡੀ ਫਾਈਲ ਲਗਾਈ ਹਰੇਕ ਚੀਜ਼ ਤੇ ਸਾਨੂੰ ਗਾਈਡ ਕੀਤਾ ਤਾਂ ਮੈਨੂੰ ਲੱਗਦਾ ਕਿ ਅੱਜ 100% ਹੈ ਕਿ ਵੀਜ਼ਾ ਤੇ ਆਏਗਾ ਮੈਂ ਇੰਟਰੋਡਿਊਸ ਕਰਵਾ ਦਿੰਦੀ ਹਾਂ ਜੀ ਇਹਨਾਂ ਦੇ ਹਸਬੈਂਡ ਨੇ ਨਿਰਮਲ ਮੈਮ ਮੇਨ ਕੈਂਡੀਡੇਟ ਨੇ ਔਰ ਇਹਨਾਂ ਦਾ ਬੱਚਾ ਹੈ ਇੱਕ ਛੋਟਾ ਸੋ ਇਹਨਾਂ ਨੇ ਸਾਰਿਆਂ ਨੇ ਸਾਡੇ ਕੋਲ ਕੇਸ ਅਪਲਾਈ ਕੀਤਾ ਸੋ ਅੱਜ ਇਹਨਾਂ ਨੂੰ ਮੈਂ ਡਾਕੂਮੈਂਟ ਦੀ ਵੈਰੀਫਿਕੇਸ਼ਨ ਵਾਸਤੇ ਬੁਲਾਇਆ ਸੀ ਕੀ ਲੱਗਦਾ ਵੀਜ਼ਾ ਆ ਜਾਏਗਾ ਵੀਜ਼ੇ ਦਾ ਹੀ ਹੈ ਪਰ ਹੁਣ ਡਾਕੂਮੈਂਟਸ ਵੈਰੀਫਿਕੇਸ਼ਨ ਹੈ ਤਾਂ ਕੌਸ ਵੈਰੀਫਿਕੇਸ਼ਨ ਹੀ ਹੋਏਗੀ ਨਾ ਹਨਾ ਇਹ ਤਾਂ ਵਾਹਿਗੁਰੂ ਜਾਣਦਾ ਬਾਕੀ ਤੁਹਾਡੇ ਤੇ ਭਰੋਸਾ ਹੈ ਤੁਸੀਂ ਜੋ ਵੀ ਕਰੋਗੇ ਕੁਛ ਦਓਗੇ ਜੋ ਲਾਓਗੇ ਉਸ ਦੇ ਬਰਾਬਰ ਹੀ ਹੋਏਗਾ ਜ਼ਿਆਦਾ ਆ ਜਾਏਗਾ ਭਰੋਸਾ ਹੈ जेडी स्टार्टिंग तो पाई नहीं congratulations ma'am dilam ni umar hona hamesha khush raho tusi inni mehnat karwai te thank you sir bahut kuch lagda hai sir bhai ko todi sundi hai na mujhe to sanu eh kal sanket mil gaya si ya jo bhai ji baba ji ne keha nahi main te akhniya ki kal hi es mod to gaddi modde hain itthe modde hain eh sujh gaya ban gaya उम्मीद है सी, पर थोड़ा दिल नूं झिझकदा है कि कुछ हो ना जाए कोई डॉक्यूमेंटेशन दे विच कोई प्रॉब्लम ना हो जाए साडे विच चलो कोई कमी रह जाए पर नहीं वाहिगुरू ने सुनी तुहाडी थैंक यू सो मच मैम सो इन्होंने साढ़े को अपलाई किया नैनी का कोर्स प्लस इन्होंने आयल्स भी इतों की सारे डॉक्यूमेंटेशन की फाइलिंग वगैरह सब कुछ साढ़े को हुई स्पॉन्सर वगैरह भी असी प्रोवाइड किया सब कुछ सो मैं वो बारे थोड़ा डिटेल निर्मल मैम पूछना चाहनी हाँ कि जिमें तुम अननोन सी जो इतों ऑनलाइन वगैरह देख के तुम साढ़े को इतने विजिट किया उदों तो लैके तो हूँ तक का एक्सपीरियंस कि रहा मेरा एक्सपीरियंस बहुत ही वधिया रहा है मेरी स्टार्टिंग तो ही कई वीडियोस पाई हो कोई लका नहीं है क्योंकि जो मैं इतने आई सी मैं किसी भी होर कंसल्टेंट को कितने विजिट नहीं किया ब्लाइंडली तुहाडे कोल आई सी ते ब्लाइंडली हुण मैं विश्वास किया तो मैं वो चीज़ का फल भी मिला वो फल मिले मैं हमेशा सब नूं कहिंदी सी कि नहीं मैं काफ़ी जाने नूं रेकमेंड किया ऑलरेडी थैंक यू सो मच मैं आप कई क्लाइंट्स का वीजा देने लग गया ना आप लोग पूछो होना पैदा कि यार कितना ट्रस्ट करते हैं कई क्लाइंट तो उन्होंने ट्रस्ट से जो अभी खरे उतरते हैं तो दिलों मैं सच्ची कहनी हाँ कि मैं आप में बहुत खुशी है नहीं उही ना मैं इन्होंने कहनी मैं रात में भी मैम तंग किया कि यह वे मैंने लोड पैंती सी ना हरेक हर वारी हर टाइम जो कह दें फिर तंग करने का कोई मतलब ही नहीं बनता की कहना चाहोगे सर तुम बहुत वधिया जी वाहेगुरु तुहानू होर तरक्कियां बख्शे निर्मल मैम जो गल करना चाहते हो अपना फीडबैक फीडबैक लेना चाहते हो कि प्रोसीजर रहा ਤਾਂ ਤੁਸੀਂ ਆਫਿਸ 'ਚ ਵਿਜ਼ਿਟ ਕਰ ਸਕਦੇ ਹੋ ਜਾਂ ਮੈਡਮ ਦਾ ਨੰਬਰ ਅਸੀਂ ਤੁਹਾਨੂੰ ਸ਼ੇਅਰ ਕਰ ਦਾਂਗੇ ਤੁਸੀਂ ਗੱਲ ਕਰ ਸਕਦੇ ਹੋ ਸੋ ਕਿਸੇ ਵੀ ਤਰ੍ਹਾਂ ਦਾ ਜੇ ਕੁਛ ਵੀ ਤੁਹਾਡੀ ਫਾਈਲ ਨੂੰ ਲੈ ਕੇ 4-5-10 ਵਾਰ ਤੁਹਾਡਾ ਕੇਸ ਰਿਫਿਊਜ਼ ਵੀ ਹੈ ਤਾਂ ਵੀ ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਆਪਣੀ ਫੁੱਲ ਫੈਮਿਲੀ ਦੇ ਨਾਲ ਕੈਨੇਡਾ ਜਾ ਸਕਦੇ ਹੋ ਸਾਡੇ ਲੱਗੇ ਹੋਏ ਵੀਜ਼ਾਸ ਆਫਿਸ ਆ ਕੇ ਚੈੱਕ ਕਰ ਸਕਦੇ ਹੋ
ਕਿਸੇ ਵੀ ਤਰ੍ਹਾਂ ਦੀ ਡਿਟੇਲ ਚਾਹੁੰਦੇ ਹੋ ਤਾਂ ਸਕਰੀਨ ਤੇ ਦਿੱਤੇ ਨੰਬਰ ਤੇ ਸਟੂਡੈਂਟਸ ਨੂੰ ਕਿਸੇ ਵੀ ਤਰ੍ਹਾਂ ਦੇ ਕਿਸੇ ਰਿਲੇਟਡ ਪ੍ਰੋਬਲਮ ਹੈ ਵਿੱਚ ਜਿੱਕੋ ਹੋ ਗਏ ਇੱਥੇ ਵਿਜ਼ਿਟ ਕਰ ਸਕਦਾ ਇਹ ਨਹੀਂ ਕਿ ਤੁਹਾਨੂੰ ਓਨਰ ਨਹੀਂ ਮਿਲਣਗੇ ਓਨਰ ਵੀ ਐ ਭੈਣ ਭਰਾ ਵਾਂਗੂ ਮਿਲਣਗੇ ਤੁਹਾਨੂੰ ਆ ਕੇ ਥੈਂਕ ਯੂ ਸੋ ਇੰਨਾ ਵਧੀਆ ਫੀਡਬੈਕ ਤੁਸੀਂ ਦਿੱਤਾ ਸੋ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਇਨਕੁਆਇਰੀ ਚਾਹੀਦੀ ਹੈ ਤਾਂ ਤੁਸੀਂ ਕੰਟੈਂਟ ਜ਼ਰੂਰ ਕਰੋ ਸਕਰੀਨ ਤੇ ਦਿੱਤੇ ਨੰਬਰ ਤੇ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ